ਤੁਸੀਂ ਕੈਨੇਡਾ ਦੀ ਜੇ ਅੱਜ ਫਾਈਲ ਲਾਉਂਦੇ ਜੇ ਤਾਂ ਵੀਜ਼ਾ ਕਿਸੇ ਵੀ ਹਾਲਤ ਦੇ ਵਿੱਚ ਵੀਜ਼ਾ ਰਿਫਿਊਜ਼ ਨਹੀਂ ਹੁੰਦਾ ਤੁਹਾਡਾ। ਅਫਸਰਾਂ ਨੇ ਕੀ ਦੱਸਿਆ ਕਿ ਤੁਸੀਂ ਆਪ ਦਾ ਵੀਜ਼ਾ ਆਨਲਾਈਨ ਅਪਲਾਈ ਕਰਨਾ। ਇੱਥੇ ਤੱਕ ਅਫਸਰ ਨੇ ਗਰੰਟੀ ਦੇ ਦਿੱਤੀ ਕਿ ਜੇ ਤੁਸੀਂ ਵੀਜ਼ਾ ਅਪਲਾਈ ਕਰਦੇ ਜੇ ਅਸੀਂ ਤੁਹਾਨੂੰ 100% ਵੀਜ਼ਾ ਦੇਵਾਂਗੇ। ਅਸੀਂ 100% ਦੀ ਗਰੰਟੀ ਲੈਂਦੇ ਹਾਂ, ਅਸੀਂ 100% ਪੈਸੇ ਲਵਾਂਗੇ ਵੀਜ਼ਾ ਲੱਗਣ ਤੋਂ ਬਾਅਦ। ਅਸੀਂ 100% ਦੀ ਗਰੰਟੀ ਲੈਂਦੇ ਹਾਂ, ਤੁਹਾਡਾ ਦਾਖਲਾ ਕਰਾ ਕੇ ਦੇਵਾਂਗੇ। ਅੱਜ ਗੈਪ ਵਾਲੇ ਬੱਚੇ ਨੂੰ ਵੀ ਵੀਜ਼ਾ ਮਿਲਦਾ ਪਿਆ, ਅੱਜ ਰਿਫਿਊਜ਼ਲ ਵਾਲੇ ਨੂੰ ਵੀ ਮਿਲਦਾ ਪਿਆ, ਜਿਹਦੇ ਨੰਬਰ ਘੱਟ ਆ ਉਹਨੂੰ ਵੀ ਮਿਲਦਾ ਪਿਆ, ਜਿਹਦੇ ਬੈਂਡ ਘੱਟ ਆ ਉਹਨੂੰ ਵੀ ਮਿਲਦਾ ਪਿਆ। ਤੁਸੀਂ ਕਹਿੰਦੇ ਹੋ ਕੈਨੇਡਾ ਜਾਣਾ, ਜੇ ਕਾਲਜ ਸੱਦੂਗਾ ਤਾਂ ਤੁਸੀਂ ਜਾਓਗੇ, ਸਾਨੂੰ ਤੁਸੀਂ ਪੈਸੇ ਦਿੱਤੇ ਹੀ ਨਹੀਂ। ਅਸੀਂ ਤਾਂ ਪੈਸੇ ਤਾਂ ਲੈਣੇ ਆ ਜੇ ਤੁਹਾਨੂੰ ਚੜ੍ਹਾਉਣਾ। ਅਸੀਂ ਵੀਜ਼ਾ ਲਵਾਵਾਂਗੇ ਜਦੋਂ ਤੁਸੀਂ ਟਰੈਵਲ ਕਰਨਾ ਵਾ, ਫਿਰ ਅਸੀਂ ਪੈਸੇ ਲੈਣੇ ਤੁਹਾਡੇ। ਔਰ ਤੁਸੀਂ ਸਰਕਾਰੀ 'ਚ ਭੇਜੋਗੇ ਜਾਂ ਪ੍ਰਾਈਵੇਟ 'ਚ? ਤੁਹਾਡਾ ਕੀ? ਅਸੀਂ ਤਾਂ ਉੱਥੇ ਬੱਚਾ ਭੇਜਦੇ ਹਾਂ ਜੀ ਜਿੱਥੇ ਅਸੀਂ ਬੱਚਾ ਭੇਜ ਸਕੀਏ। ਬੱਚਾ ਸਾਡੇ ਹਿਸਾਬ ਨਾਲ ਜਾਊਗਾ, ਅਸੀਂ ਪੈਸੇ ਬਾਅਦ 'ਚੋਂ ਲਵਾਂਗੇ। ਅਸੀਂ ਜ਼ਿੰਮੇਵਾਰੀ ਲਵਾਂਗੇ ਉਹਨੂੰ ਚੜ੍ਹਾਉਣ ਦੀ ਵੀ, ਚਾਹੇ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ। ਬਟ ਜੇ ਕੋਈ ਅੜਿਆ ਹੀ ਪਿਆ ਕਿ ਨਹੀਂ ਜੀ ਮੈਂ ਤਾਂ ਜਾਣਾ ਹੀ ਟੋਰਾਂਟੋ ਦੇ ਵਿੱਚ ਆ ਜਾਂ ਮੈਂ ਜਾਣਾ ਹੀ ਮੈਨੀਟੋਬਾ 'ਚ ਆ, ਉਹਦੀ ਆਪਦੀ ਸ਼ਰਧਾ ਵਾ। ਜਿਹੜੇ ਵਿਦਿਆਰਥੀਆਂ ਨੂੰ ਤੁਸੀਂ ਵਿਦੇਸ਼ ਭੇਜਦੇ ਹੋ ਪੜ੍ਹਨ ਦੇ ਲਈ, ਉਹ ਕਾਲਜ ਹੁੰਦੇ ਆ ਜਿੱਥੋਂ ਵਰਕ ਪਰਮਿਟ ਉਹਨਾਂ ਨੂੰ ਬਾਅਦ 'ਚ ਮਿਲਦਾ, ਪੋਸਟ ਵਰਕ ਵਰਕ ਪਰਮਿਟ ਕਾਲਜ ਨੇ ਦੀ ਦੇਣਾ, ਵਰਕ ਪਰਮਿਟ ਗਵਰਨਮੈਂਟ ਨੇ ਦੇਣਾ। ਨਹੀਂ, ਕਈ ਕਾਲਜਸ ਹੁੰਦੇ ਆ ਨਾ, ਕੋਈ ਵੀ ਕਾਲਜ ਕੈਨੇਡਾ ਦੇ ਵਿੱਚ ਵਰਕ ਪਰਮਿਟ ਨਹੀਂ ਦਿੰਦਾ। ਨਹੀਂ, ਕਾਲਜ ਤਾਂ ਨਹੀਂ ਦਿੰਦਾ, ਕਾਲਜ ਨਹੀਂ ਦਿੰਦਾ ਗਵਰਨਮੈਂਟ ਦੀ। ਮੈਂ ਤੁਹਾਨੂੰ ਸਾਲ ਦਾ ਕੋਰਸ ਦੇਤਾ ਪ੍ਰਾਈਵੇਟ ਕਾਲਜ, ਤੁਸੀਂ ਅਗਲਾ ਸਾਲ ਦਾ ਉੱਥੇ ਗਵਰਨਮੈਂਟ ਕਾਲਜ ਪੜ੍ਹ ਰਹੇ ਕਰਾ ਸਕਦੇ ਆ, ਸਾਲ ਬਾਅਦ ਗਵਰਨਮੈਂਟ ਕਾਲਜ ਪੜ੍ਹ ਕੇ ਤੁਸੀਂ ਫਿਰ ਵਰਕ ਪਰਮਿਟ ਲੈ ਲਿਓ। ਔਰ ਐਸੈਂਸ਼ੀਅਲ ਕੋਰਸਿਸ ਕਿਹੜੇ ਨੇ ਵੀ ਜਿਹੜੇ ਵਿਦਿਆਰਥੀ ਉੱਥੇ ਜਾ ਕੇ ਕਰਨ? ਬੱਚਾ ਡਾਕਟਰੀ ਦਾ ਕੋਰਸ ਲੈ ਲਵੇ ਜੀ, ਤੁਸੀਂ ਡਾਕਟਰੀ ਨਾਲ ਜਿਹਦੀ ਬੈਕਗ੍ਰਾਉਂਡ ਨਹੀਂ ਹੈਗੀ ਮੈਡੀਕਲ ਦੇ ਨਾਲ ਰਿਲੇਟਡ। ਔਰ ਇਹ ਸਾਰਾ ਪ੍ਰੋਸੈਸ ਅੰਬੈਸੀ ਨੇ ਸਤੰਬਰ ਇੰਟੇਕ ਲਈ ਰੱਖਿਆ, ਇਹ ਜਨਵਰੀ ਇੰਟੇਕ ਲਈ ਨਹੀਂ ਹੈਗਾ। ਬਹੁਤ ਸਾਰੇ ਲੋਕ ਇਹ ਸੋਚਦੇ ਸੀ ਕਿ ਅਸੀਂ ਜਨਵਰੀ 'ਚ ਅਪਲਾਈ ਕਰ ਲਾਂਗੇ, ਅਸੀਂ ਆਈਲਟ ਕਰਕੇ ਅਪਲਾਈ ਕਰ ਲਾਂਗੇ। ਤੁਹਾਡੇ ਘੱਟ ਬੈਂਡ ਨਾ, ਅੱਜ ਉਹ ਦਾਖਲਾ ਦੇਣ ਨੂੰ ਤਿਆਰ ਆ ਕਾਲਜਾਂ ਵਾਲੇ। ਇਹ ਸਾਰਾ ਕੁਛ ਸਪਤੰਬਰ ਇੰਟੇਕ ਲਈ ਹੋ ਰਿਹਾ। ਤੁਹਾਡੇ ਬੈਂਡ ਘੱਟ ਨੇ ਫਿਰ ਵੀ ਵੀਜ਼ਾ ਲੱਗ ਜੂਗਾ, ਨੰਬਰ ਘੱਟ ਨੇ ਫਿਰ ਵੀ ਵੀਜ਼ਾ ਲੱਗ ਜੂਗਾ। ਕੋਈ ਜਾਲੀ ਕਾਗਜ਼ ਲਾਇਆ ਫਿਰ ਵੀਜ਼ਾ ਨਹੀਂ ਲੱਗਣਾ। ਨਮਸਕਾਰ, ਜਗਬਾਣੀ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਤਿਨ ਕੁਮਾਰ ਸ਼ਰਮਾ। ਅੱਜ ਇੱਕ ਚੰਗੀ ਖਬਰ ਲੈ ਕੇ ਆਇਆ, ਕਿਉਂਕਿ ਤੁਸੀਂ ਲਗਾਤਾਰ ਕੋਰੋਨਾ ਵਾਇਰਸ ਦੀਆਂ ਖਬਰਾਂ ਸੁਣ ਸੁਣ ਕੇ ਬੋਰ ਹੋ ਚੁੱਕੇ ਹੋਵੋਗੇ, ਕ੍ਰਾਈਮ ਦੀਆਂ ਖਬਰਾਂ ਸੁਣ ਸੁਣ ਕੇ ਤੁਸੀਂ ਉੱਕ ਚੁੱਕੇ ਹੋਵੋਗੇ। ਇਸ ਤੋਂ ਇਲਾਵਾ ਜੋ ਸਿਆਸਤ ਦੇ ਵਿੱਚ ਹਲਚਲ ਚੱਲਦੀ ਰਹਿੰਦੀ ਹੈ, ਉਹ ਤਾਂ ਲਗਾਤਾਰ ਇੱਕ ਦੂਸਰੇ 'ਤੇ ਦੂਸ਼ਣਬਾਜ਼ੀ ਹੁੰਦੀ ਰਹਿੰਦੀ ਹੈ, ਉਸ ਤੋਂ ਵੀ ਤੁਸੀਂ ਬੋਰ ਹੁੰਦੇ ਰਹੋਗੇ। ਲੇਕਿਨ ਇਸ ਵਕਤ ਇੱਕ ਚੰਗੀ ਖਬਰ ਆਈ ਹੈ, ਉਹ ਚੰਗੀ ਖਬਰ ਆਈ ਹੈ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚੋਂ, ਖਾਸ ਕਰ ਉਹਨਾਂ ਲੋਕਾਂ ਲਈ ਜਿਹੜੇ ਉਮੀਦ ਰੱਖਦੇ ਸੀ ਕਿ ਉਹ ਵਿਦੇਸ਼ ਜਾ ਕੇ ਪੜ੍ਹਨਾ ਚਾਹੁੰਦੇ ਆ। ਲੇਕਿਨ ਵਿੱਚ ਖਬਰਾਂ ਇਹ ਵੀ ਸੀ ਕਿ ਤੁਸੀਂ ਐਡਮਿਸ਼ਨ ਤਾਂ ਲੈ ਲਓ ਲੇਕਿਨ ਪੜ੍ਹਾਈ ਇੰਡੀਆ 'ਚ ਰਹਿ ਕੇ ਕਰੋ। ਇਸ ਦਾ ਵੀ ਹੁਣ ਇੱਕ ਹੱਲ ਨਿਕਲਦਾ ਆ ਰਿਹਾ। ਵਿਨੇ ਹਰੀ ਜੀ ਹੋਰੀ ਸਾਡੇ ਨਾਲ ਇਸ ਵਕਤ ਸਟੂਡੀਓ ਦੇ ਵਿੱਚ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਅਸੀਂ ਕਰਾਂਗੇ। ਵਿਨੇ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਧੰਨਵਾਦ ਜੀ ਤੁਹਾਡਾ ਵੀ। ਇੱਕ ਬੜੀ ਹੀ ਚੰਗੀ ਖਬਰ ਆ ਰਹੀ ਹੈ ਇਮੀਗ੍ਰੇਸ਼ਨ ਦੇ ਗਲਿਆਰਿਆਂ ਦੇ ਵਿੱਚੋਂ, ਤੁਸੀਂ ਬੜੇ ਹੀ ਉਤਸੁਕ ਹੋ ਕੇ ਸਾਨੂੰ ਦੱਸ ਰਹੇ ਸੀ। ਮੈਂ ਚਾਹੂੰਗਾ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਵੀ ਦੱਸੋ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਇਸ ਵਕਤ ਕੀ ਚੱਲ ਰਿਹਾ। ਕੈਨੇਡਾ ਦੀ ਸਰਕਾਰ ਨੇ, ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਇੱਕ ਵੈਬੀਨਾਰ ਕੀਤਾ, ਤੁਸੀਂ ਵੀ ਉਸ ਵੈਬੀਨਾਰ ਦੇ ਵਿੱਚ ਸੀਗੇ। ਵੈਬੀਨਾਰ ਦੇ ਵਿੱਚੋਂ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਹੁਣ ਜਿਹੜੇ ਵਿਦਿਆਰਥੀ ਨੇ ਉਹਨੂੰ ਗੱਫਿਆਂ ਦੇ ਵਿੱਚ ਵੀਜ਼ੇ ਮਿਲ ਸਕਦੇ ਆ। ਤਕਰੀਬਨ ਜਿਹੜਾ ਵੀ ਬੰਦਾ ਹੁਣ ਜਿਹਦੀ ਐਲੀਜੀਬਿਲਟੀ ਬਣਦੀ ਆ, ਥੋੜ੍ਹਾ ਬਹੁਤਾ ਵੀ ਪੜ੍ਹਿਆ ਲਿਖਿਆ ਹੈ, ਅਤੇ ਉਹਦਾ ਵੀਜ਼ਾ ਪੱਕਾ ਲੱਗ ਸਕਦਾ, ਇਹ ਕਿਵੇਂ ਹੋਊਗਾ ਹੁਣ? ਇਹ ਪਹਿਲੀ ਵਾਰੀ ਹੋਇਆ ਜਦੋਂ ਦਾ ਮੈਂ ਵਪਾਰ ਸ਼ੁਰੂ ਕੀਤਾ 11 ਵਰ੍ਹਿਆਂ ਦੇ ਵਿੱਚ, ਪਹਿਲੀ ਵਾਰੀ ਕਿਸੇ ਅੰਬੈਸੀ ਨੇ ਡੇਢ ਘੰਟੇ ਦੇ 4 ਵੈਬੀਨਾਰ ਕੀਤੇ ਆ। ਇਹਨਾਂ 4 ਵੈਬੀਨਾਰਾਂ ਦੇ ਵਿੱਚ ਅੰਬੈਸੀ ਦੇ ਅਫਸਰਾਂ ਨੇ ਇਕੱਲਾ ਕੁਐਸਚਨ ਲਿਆ ਇਕੱਲੇ ਸਟੂਡੈਂਟ ਦਾ। ਇਸ ਵੈਬੀਨਾਰ ਦਾ ਹਿੱਸਾ ਬਹੁਤ ਸਾਰੇ ਸਟੂਡੈਂਟ ਵੀ ਸੀਗੇ, ਬਹੁਤ ਸਾਰੇ ਏਜੰਟ ਵੀ ਸੀਗੇ, ਬਹੁਤ ਸਾਰੇ ਨੁਮਾਇੰਦੇ ਵੀ ਸੀਗੇ। ਇਸ ਵੈਬੀਨਾਰ ਦੇ ਵਿੱਚ ਸਾਰੇ ਤਰ੍ਹਾਂ ਦੇ ਸਵਾਲ ਪੁੱਛੇ ਗਏ ਔਰ ਅਫਸਰਾਂ ਵੱਲੋਂ ਬੜੇ ਵਧੀਆ ਤਰੀਕੇ ਨਾਲ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ। ਕੈਨੇਡੀਅਨ ਇਮੀਗ੍ਰੇਸ਼ਨ ਮਿਨਿਸਟਰ ਨੂੰ ਬਿਆਨ ਦੇਣੇ ਪੈ ਗਏ ਆ ਕੇ ਕਿ $21 billion ਦੀ ਸਾਡੀ ਇੰਡਸਟਰੀ ਹੈ, $21 billion ਦੀ ਸਾਡੀ ਸਟੂਡੈਂਟ ਵੀਜ਼ਾ ਦੀ ਇੰਡਸਟਰੀ ਹੈ, ਅਤੇ ਅਸੀਂ ਇੰਟਰਨੈਸ਼ਨਲ ਸਟੂਡੈਂਟ ਨੂੰ ਵੀਜ਼ਾ ਦੇਣ ਲਈ ਤਿਆਰ ਜੇ। ਉਹ ਕਹਿ ਰਹੇ ਆ ਕਿ ਅਸੀਂ ਸਾਰਾ ਕੰਮ ਔਨਲਾਈਨ ਕਰਦੇ ਪਏ ਹਾਂ, ਔਨਲਾਈਨ ਪ੍ਰੋਸੈਸਿੰਗ ਹੁੰਦੀ ਵੀ ਪੇਪਰ ਐਪਲੀਕੇਸ਼ਨ ਬੰਦ ਹੋ ਚੁੱਕੀ ਹੈ। ਤੁਸੀਂ ਕੈਨੇਡਾ ਦੀ ਜੇ ਅੱਜ ਫਾਈਲ ਲਾਉਂਦੇ ਜੇ ਤਾਂ ਵੀਜ਼ਾ ਕਿਸੇ ਵੀ ਹਾਲਤ ਦੇ ਵਿੱਚ ਵੀਜ਼ਾ ਰਿਫਿਊਜ਼ ਨਹੀਂ ਹੁੰਦਾ ਤੁਹਾਡਾ। ਅਫਸਰਾਂ ਨੇ ਕੀ ਦੱਸਿਆ ਕਿ ਤੁਸੀਂ ਆਪਦਾ ਵੀਜ਼ਾ ਔਨਲਾਈਨ ਅਪਲਾਈ ਕਰਨਾ। ਦੋ ਹਿੱਸਿਆਂ ਦੇ ਵਿੱਚ ਵੀਜ਼ੇ ਨੂੰ ਵੰਡਿਆ ਗਿਆ। ਬਹੁਤ ਸਾਰੇ ਲੋਕਾਂ ਨੇ ਆਲਰੇਡੀ ਇਹ ਚੀਜ਼ਾਂ ਐਕਸਪਲੇਨ ਕੀਤੀਆਂ, ਮੈਂ ਇਹਦੇ ਵਿੱਚ ਨਹੀਂ ਜਾਊਂਗਾ। ਪਹਿਲੇ ਸਟੈਪ ਰੱਖਿਆ ਗਿਆ ਜਿਹਨੂੰ ਨਾਂ ਦਿੱਤਾ ਗਿਆ ਐਲੀਜੀਬਿਲਿਟੀ।
दूसरे का नाम रखा गया एडमिसिबिलिटी। हुण एलिजिबिलिटी दे विच की क्या अफसर ने कि जिहड़ा बंदा एलिजिबिलिटी पूरी करता असीं उहनूं वीजा देंगे। पहली AIP वीजे का नाम रखा गया AIP, पहला बारी जो तुसीं केस अपलाई करना तुहानूं AIP मिलनी है, अप्रूवल इन प्रिंसीपल। इत्थे तक अफसर ने गरंटी देती कि जे तुसीं वीजा अपलाई करदे जे असीं तुहानूं 100% वीजा देंगे। बट मैं कितें ना कितें 100% वर्ड साडी इंडस्ट्री दे विच नहीं यूज़ किया जा सकता। असी 100% की गरंटी लैने, असी 100% पैसे लवेंगे वीजा लगन तो बाद, असी 100% की गरंटी लैने तो दाखला करा के देंगे। अंबैसी का अफसर की कह रहा, अंबैसी का अफसर कह रहा कि जे तुसी आपकी फाइल जमा करा दोगे, जे तुसी आपकी फाइल जमा करा देंगे हो तो वीजा रिफ्यूज़ नहीं होंगे, तो असी AIP देंगे। जे अज तुसी कनेडा के किसी कॉलेज तो एडमिशन ले लेंगे हो, जे तुहानू किसे कनेडा दे कॉलेज ने दाखला दे दिता तो वीज़ा रिफ्यूज़ नहीं होना तुहाडा। हर एक बच्चे नू AIP मिलेगी। 7 अगस्त दे विच जिहड़ा जिहड़ा वैबीनार होया उस अफसर नू पुछया गया कि तुसी कदों सानू AIP दोगे, अगले ने कोई जवाब दिता एज सून एज पॉसीबल। सवेर नू मीटिंग हुई, दोपहर दे 3:30 बजे तक मीटिंग चली ते शामी 6 to 7 बजे तक सारे पंजाब च सारे एजेंटां नू AIP आनियां शुरू हो गई। अज गैप वाले बच्चे को भी वीज़ा मिलता पाया, अज रिफ्यूजल वाले भी मिलता पाया, जिसे नंबर घट है उन्होंने भी मिलता पाया, जिसे बैंड घट है उन्होंने भी मिलता पाया। मैं नहीं कहना तुहानू कनेडा इनवाइट करता पाया, इंग्लैंड का वीज़ा बिना आईलेट के सारे ने देख ले लगते हुए, इंग्लैंड का वीज़ा रिफ्यूज़ नहीं हो रहा, कनेडा का वीज़ा रिफ्यूज़ नहीं हो रहा, आस्ट्रेलिया वाले भी खुल के वीज़ा देना चाहते हैं। ये पहली बारी होया दुनिया के, पहली बारी मैं अपनी हिस्ट्री देखिया कि अज मुल पै रहा वै बच्चे पढ़ने वाले का। अज कनेडा जाने लिए की एलिजिबिलिटी चाहिए है, तुसी 12वीं पास हो, तुसी 12वीं पास हो, फाइल जमा करा दिओ। 15 सितंबर का उन्होंने टाइम दिता, 15 सितंबर तक जिहड़ा भी बच्चा फाइल जमा करा देगा उन्होंने AIP मिल जाएगी, वो अपने माँ बाप का नाम जाके रोशन कर जी। जिवें तुसी दस्या कि वीज़ा मिल जूगा, पर वीज़ा देने के बाद भी कहें कि तुसी घर बह के पढ़ो। बंदा 10 लाख रुपया दे रहा है, तो 1 सेमेस्टर या 2 सेमेस्टर की फीस, तो घर बह के पढ़ रहा। जे व्यक्ति ने घर बह के ही पढ़ना है तो वह लखा रुपया क्यों खर्च करे? आखिरकार एक बंदा जाना तो ही जाता ना स्टूडेंट, कि मैं उत्थे अपनी जिंदगी सफल बना सका, उत्थे कारोबार भी करा, जिहड़ा मैं लोन चुकया मैं वही उतार सका, आखिर के अपना घर परिवार भी सैट कर सकता। देखो दो तरह के लोग व्यापार करते हैं साड़ी इंडस्ट्री, दो तरह के एजेंट होंगे। एक एजेंट वो है जिन्हें तुहाडा केस अपलाई करना है, तुहाडे कोलों अपलाई करन दे पैसे लेने हैं। बिल्कुल, तुसी आपका वीजा करोना तो पहला अपलाई किया किसी एजेंट तो, तुसी उन्हूं उहदे पैसे देते सीगे, वह पैसे खा पी गया, हुण तुहाडी वारी आ, हुण तुसी दोबारा जा रहे हो एजेंट के कोल, उन्हें दोबारा पैसे लेने तुहाडे कोल। लोगों ने जिन्हें ने अपलाई कराना वै अपलाई करन दे पैसे देंदे आ लोग, तुसीं अपलाई कीता कनेडा का वीज़ा तुहाडा XYZ कॉलेज अपलाई हो गया। ज़्यादातर बच्चे पंजाब च की चाहते हैं, असी गौरमेंट कॉलेज अपलाई करना, असी वर्क परमिट वाले कॉलेज अपलाई करना। कनेडा दे विच 100-150 कॉलेज यूनीवर्सिटियां इहो जिहे जिहड़े वर्क परमिट मिलता पढ़ाई तो बाद। तुसीं किसी भी कॉलेज दे विच वीज़ा अपलाई किया, तुहाडा वीज़ा लगा ना लगा, एजेंट नूं उहदे पैसे मिल चुके हैं। दूसरे साडे वर्गे एजेंट काम करदे आ जिन्हां दा काम है वीज़े ते काम करना। असी पैसे नहीं ले तुहाडे कोलों, असी पैसे उस दिन लैने जो तुहाडा वीज़ा लगेगा। हुण जिस भी कॉलेज नूं तुसी पैसे दे चुके हो जनवरी दे विच, फरवरी च, मार्च, अप्रैल च, हुण अज सितंबर आ गया, सितंबर दे विच कनेडियन गौरमेंट की कह रही है ट्रैवल बैन है, ट्रैवल बैन है। उही बच्चा कनेडा दे विच उतर सकदा जिहड़ा सेंशियल ट्रैवलर है। हुण सेंशियल वर्ड सारयां नूं पता वा अज करोना दे विच, जे अज किसे नूं पता लग गया ना क्वारंटाइन की हुंदा तां लोकां नूं सेंशियल भी पता। हुण सेंशियल कौन बच्चा हो सकता वै, इहदी डेफिनेशन की है कि तुहाडे ही उत्थे बहुत ज़्यादा लोड है किसी क्लास दे विच। 90% तो वध कॉलेज तो हजे खुले ही नहीं, कॉलेजां दे नुमाइंदे अपने घर बैठ के काम करदे पए आ, ना कोई टीचर है उत्थे तुहानूं पढ़ाउण लई, किहड़ा कॉलेज तुहानूं अज फलाई करा लूगा। कनेडियन गौरमेंट कहिंदी आ तुसीं आना, तुहाडे कॉलेज नूं जिम्मेवारी लैणी पैणी तुहाडी। कॉलेज एक ट्रैवल लैटर देगा कि तुहाडियां क्लासां दे विच क्यों लोड है तुहाडी, तुहानू क्यों बुलाया जा रहा, की तुहाडा कोर्स लैबोरेटरी वाला वै, की कनेडा दे कॉलेजां दे कोल अज रिसोर्सिज हैगे आ तुहानू करोना दे दौरान पढ़ाउण दे, उह तां ऑलरेडी अपनी दुकान बंद करके घरां च बैठे हुए है। तुसीं कहिंदे हो कनेडा जाणा, जे कॉलेज सद्दूगा ते तुसीं जाओगे, सानू तुसीं पैसे दित्ते ही नहीं, असीं तां पैसे तां लैणे आ जे तुहानू चढ़ाउणा है, असीं वीज़ा लवावांगे ਜਦੋਂ ਤੁਸੀਂ ਟਰੈਵਲ ਕਰਨਾ ਵਾ ਫਿਰ ਅਸੀਂ ਪੈਸੇ ਲੈਣੇ ਤੁਹਾਡੇ ਕੋਲ। ਜਦੋਂ ਤੁਸੀਂ ਟਰੈਵਲ ਹੀ ਨਹੀਂ ਕਰ ਸਕਦੇ ਫਿਰ ਕਿਹਨੇ ਪੈਸੇ ਦੇਣੇ ਆ? ਦੂਸਰੇ ਪਾਸੇ ਤੁਸੀਂ ਸਰਕਾਰੀ ਕਾਲਜ ਨੂੰ ਪਹਿਲਾਂ ਹੀ ਫੀਸ ਤਾਰ ਕੇ ਬੈਠੇ ਹੋਏ ਹੋ,
हूँ कॉलेज किदा बुलाऊगा तुहानू, असेंशियल ट्रैवलर कौन है जिदा कोर्स प्रैक्टिकल है, किसी भी हालात के पैसा खराब नहीं होना चाहिए, उस चीज़ की जिम्मेवारी असी लैने। जे तुसी ऑनलाइन पढ़ाई इतने शुरू कर ली तो तुहाडे पैसे तो फिर ऑनलाइन च ही निकल गए, साढ़े को अपलाई करोगे असी जिम्मेवार बैठे हैं, साढ़ा कॉलेज जिम्मेवार है, जिदा ही हालात ठीक होंगे तो ट्रैवल कराया जाएगा, जे तुसी ट्रैवल नहीं होंगे तो पैसे वापस किए जाएंगे। असी हकदार तो है जे तुसी जाना, असी ये पैसे तुहाडे को लै रहे हैं, असी तुहाडा प्रोसैस शुरू करते पे हाँ, तुहानू कनेडा भेजन लई शुरू करते पे हाँ, ना कि ऑनलाइन क्लास लई शुरू करते पे। पर विनय जी, इस दिक्कत होर भी ने, जेकर यूनिवर्सिटीज़ कह रही ने तुसी घरे बह के पढ़ सकते हो, पर विद्यार्थी फिर पढ़नगे किवें, क्योंकि टाइम का देखो कितना गैप है, जो साढ़े दिन होना उत्थे रात होनी है। जतिन जी, रात नूं पढ़ना पैना वा जाग के, रात नूं जाग के पढ़ांगे आपां, इंटरनेट की स्पीड वैसे ही सारिआं कोलों उन्नी हुंदी है, रात नूं जाग के तुसी पढ़दे पए हो, और कनेडियन गवर्नमेंट कह रही तुसी 50% पढ़ाई इंडिया च पढ़नी है, यानी जे दो साल दा एक साल, दो साल मतलब साल तुसी इत्थे पढ़ना, हुण तुसी कनेडा नूं अगले साल जाना, और पैसे पहले 10 लाख पैसे तुसी तार चुके हो, जदों अगली वारी जाना पैसे दोबारा तारने पैणे, ओह वी तां जे पास, जिहड़ी फीस तुसी देती आ, जिहड़ी अज तुसी कनेडा दे वीजा लै लिया, तुहानूं वीजा मिल गया, तुसी ऑनलाइन पढ़ाई शुरू करती, वो जिहड़ा पैसा कनेडा गया सी वो पैसा मुक गया, हुण तुहाडा हुण तुहाडे ते प्रैशर की है, तुहाडे ते प्रैशर रात नूं जाग के तुहानूं पढ़ना पैणा, हुण तुहानूं पास होना पैणा, जे तुसी पास नहीं होंदे दोबारा फिर नहीं तुहानूं चढ़ देना। और तुसी सरकारी च भेजोगे या प्राइवेट च, तुहाडा की, असीं तां उत्थे बच्चा भेजदे आ जी जिथे असीं बच्चा भेज सकीए, बच्चा साढ़े हिसाब नाल जाऊगा, असीं पैसे बाद चो लवांगे, असीं जिम्मेवारी लवांगे उहनूं चढ़ाउण दी, भी चाहे प्राइवेट होवे चाहे सरकारी होवे, बट जे कोई अड़िया ही पिया कि नहीं जी मैं तां जाणा ही टोरंटो दे विच आ जां मैं जाणा ही मैनीटोबा च, उहदी आप दी शरधा वा। साडा कारोबार की है, असीं वीजा सर्विस ते काम करदे आ, असीं वीजा लवाउणा वा, तुहानूं ठीक ठाक चढ़ाउणा वा, असी उस चीज़ की जिम्मेवारी लैने, असी उस कॉलेज ने काम करते हैं जिथे कोई सुनता है साड़ी, जिथे कोई सुननी ही नहीं किसी ने उत्थे काम करके की करांगे। तो जिहड़े विद्यार्थियों तुसी विदेश भेजदे हो पढ़न दे लई, ओ कॉलेज हुंदे आ जिथों वर्क परमिट उन्हां नूं बाद च मिलदा, पोस्ट वर्क वर्क परमिट कॉलेज ने दी देना, वर्क परमिट गवर्नमेंट ने देना, नहीं कई कॉलेज हुंदे आ ना, कोई भी कॉलेज कनेडा दे विच वर्क परमिट नहीं दिंदा, नहीं कॉलेज तां नहीं दिंदा, कॉलेज नहीं दिंदा, गवर्नमेंट दी इक पॉलिसी बनी है कि जे तुसी अज टोरंटो दे विच जांदे हो प्राइवेट कॉलेज च तो तुहानू वर्क राइट्स नहीं मिलते, तुहाडे को बाद चो जदों पढ़ाई खत्म हो जाती उस तो बाद तुहानू ग्रैजुएट वर्क परमिट नहीं मिलता। जे तुसी मॉन्ट्रियल च जांदे हो फिर सारयां नू मिल जांदा, बट पढ़ाई दी वैल्यू है ना, तुहानू 2 साल का कनेडा च कोर्स चाहिए, मैं तुहानू साल का कोर्स देता प्राइवेट कॉलेज, तुसी अगला साल का उत्थे गवर्नमेंट कॉलेज पढ़ दे, साल बाद गवर्नमेंट कॉलेज पढ़ के तुसी फिर वर्क परमिट लै लियो, मैं ये थोड़ी तुहानू कह रहा कि तुसी भाई वर्क परमिट ते चले हो, चले तुसी स्टूडेंट वीजे दे हो, पढ़ाई तुसी पढ़न चले हो, 20 घंटे काम करन दी तुहानू परमिशन है, ये चीज़ां तो सोच के जाओगे पहुँच जाओगे, तुसी ऐसे चीज़ तो फसे रहोगे कि मैं वर्क परमिट लेना, पढ़ाई तो बाद वर्क परमिट मिलना नहीं मिलना वो सरकमस्टांसिस ते डिपेंड करता, वो डिपेंड करता तुसी पास भी हो रहे हो कि नहीं हो रहे। बिल्कुल, एक कॉलेज है मैं ना नहीं लूँगा, टोरंटो दे कॉलेज है, 5 दिन कॉलेज लगता, और 5 दिन कॉलेज लगता और 90% बच्चे उत्थे फेल हो जाते, हुण इहो जिहे सरकारी कॉलेज नूं की करोगे जिथे तुसी फेल ही होगे। बिल्कुल, कॉलेज का मतलब हुंदा कनेडा च 2 दिन की पढ़ाई, हुण एक कॉलेज 2 दिन तुहानूं पढ़ा रहा, 2 दिन पढ़ के तुहाडा छुटकारा, तुसी आपदा काम भी करी जा रहे जे, तुसी आपदे सारे रिश्तेदार भैण भरा नूं मिल भी ले जे, तुसी कनेडा नूं मानदे भी पे जे, तुहानूं 5 दिन पढ़ना पै रहा, उस तों बाद प्रैशर बहुत है, फिर तुसी फेल होगे, जदों फेल होगे तुहाडी फीस तां फिर खराब होगी, तो बहुत सारे पैरामीटर है। अज देखना यह है भी कामयाब किदा होवांगे, कामयाब होने लई पहला उत्थे उतरना पैना, अज एजेंट वो चाहिए जिहड़ा जिम्मेवारी लवे, भाई मैं तैनूं तारूंगा, मैं तैनूं ठीक ठाक उत्थे तारूंगा, नहीं तारूंगा तो भरावा मैं तेरे पैसे मोड़ूंगा। बिल्कुल, इहदा की मतलब होया कम शुरू नहीं होया, तुसीं पैसे भी लै ले, अज पैसे भी चले गया, एजेंट नूं एजेंट का पैसा मिल गया, कॉलेज नूं कॉलेज का पैसा मिल गया, बच्चा तो फिर इंडिया बैठा, उन्हूं कहा जा रहा ऑनलाइन पढ़ो, ਯਾਨੀ ਤੁਸੀਂ ਪੈਸੇ ਉਦੋਂ ਲਵੋਗੇ ਜਦੋਂ ਦੇ ਹੱਥ ਵਿੱਚ ਮੈਂ ਆਨਲਾਈਨ ਸਟੈਂਪ ਲੱਗਿਆ ਹੁੰਦਾ। ਦੇਖੋ ਜੀ, ਮੈਂ ਪਹਿਲਾਂ ਤਾਂ ਮੈਂ ਆਨਲਾਈਨ ਪੜਾਣਾ ਨਹੀਂ ਕਿਸੇ ਨੂੰ ਵੀ। ਬਿਲਕੁਲ, ਮੈਂ ਪੈਸੇ ਉਦੋਂ ਲੈਣੇ ਜਦੋਂ ਕਿਹਦੀ AIP ਆ ਗਈ, ਜਦੋਂ ਅਪਰੂਵਲ ਆ ਗਈ, ਉਸ ਤੋਂ ਬਾਅਦ ਜੇ ਤੁਹਾਡਾ ਬੱਚਾ ਟਰੈਵਲ ਨਹੀਂ ਕਰਦਾ ਤੇ ਮੈਂ ਉਹ ਪੈਸੇ ਮੋੜਨੇ ਆ। ਓਕੇ, ਮੈਂ ਉਹ ਪੈਸੇ ਦਾ ਹੱਕਦਾਰ ਤਾਂ ਆ ਜੇ ਮੈਂ ਤੁਹਾਡਾ ਬੱਚਾ ਚੜਾਉਂਗਾ, ਜੇ ਬੱਚਾ ਤੁਹਾਡਾ ਚੜੇ ਹੀ ਨਹੀਂ, ਜੇ ਤੁਹਾਨੂੰ ਆਨਲਾਈਨ ਹੀ ਪੜ੍ਹਨਾ ਪੈ ਗਿਆ ਫਿਰ ਕੀ ਫਾਇਦਾ, ਇੱਥੇ ਆਨਲਾਈਨ ਪੜ੍ਹਨ ਦੇ ਥੋੜ੍ਹੀ ਕੋਈ 10-10 ਲੱਖ ਰੁਪਏ ਦੇ ਰਹੇ। ਬਿਲਕੁਲ, ਔਰ ਅਸੈਂਸ਼ੀਅਲ ਕੋਰਸਿਸ ਕਿਹੜੇ ਨੇ ਵੀ ਜਿਹੜੇ ਵਿਦਿਆਰਥੀ ਉੱਥੇ ਜਾ ਕੇ ਕਰਨ? ਬੱਚਾ ਡਾਕਟਰੀ ਦਾ ਕੋਰਸ ਲੈ ਲਵੇ ਜੀ,
ਤੁਸੀਂ ਡਾਕਟਰੀ ਨਾਲ ਪਰ ਜਿਹਦੀ ਬੈਕਗ੍ਰਾਉਂਡ ਨਹੀਂ ਹੈਗੀ ਮੈਡੀਕਲ ਦੇ ਨਾਲ ਰਿਲੇਟਡ ਜਿਨ੍ਹਾਂ ਦੀ ਬੈਕਗ੍ਰਾਉਂਡ ਹੈਗੀ ਉਹਨਾਂ ਨੂੰ ਮਿਲੂਗਾ ਨਾ ਜੀ ਹੁਣ ਬੱਚਾ ਇੱਥੇ ਪੜਿਆ ਫਿਜ਼ੀਕਲ ਐਜੂਕੇਸ਼ਨ ਨਾਲ ਉਹ ਕਵੇ ਵੀ ਮੈਨੂੰ ਤੁਸੀਂ ਕੋਰਸ ਲੈ ਕੇ ਦਿਓ ਜੀ ਇੰਜੀਨੀਅਰਿੰਗ ਦਾ ਮੈਂ ਕਿੱਦਾਂ ਲੈ ਦੂੰਗਾ ਬਹੁਤ ਸਾਰੇ ਕੋਰਸ ਨੇ ਜਿੱਦਾਂ ਇੰਜੀਨੀਅਰਿੰਗ ਦੇ ਤੁਸੀਂ ਕਰ ਸਕਦੇ ਹੋ ਕੋਈ ਲੈਬੋਰਟਰੀ ਵਾਲਾ ਕੋਰਸ ਹੈਗਾ ਬਾਕੀ ਜਿੰਨਾ ਕੁ ਵੀ ਹਾਲਾਤ ਬਣੇ ਹੋਏ ਟੈਂਪਰੇਰੀ ਸਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਜਿਹੜੀ ਵੈਕਸੀਨ ਉਹ ਤਿਆਰ ਹੋ ਚੁੱਕੀ ਹੈ ਹੁਣ ਰਸ਼ੀਆ ਦੀ ਵੈਕਸੀਨ ਆ ਚੁੱਕੀ ਹੈ ਹੋਰ 4 ਕੰਟਰੀਆਂ ਅੱਜ ਕੋਰੋਨਾ ਵਾਇਰਸ ਦਾ ਮੋੜਾ ਵਾ ਬਿਲਕੁਲ ਹਜੇ ਤੱਕ ਅਸੀਂ ਇਹ ਨਹੀਂ ਦੇਖਿਆ ਕਿ ਗੰਭੀਰ ਰੂਪ ਦੇ ਵਿੱਚ ਵੱਡੀਆਂ ਮੌਤਾਂ ਹੋ ਰਹੀਆਂ ਹੁਣ ਜਦੋਂ ਕੋਰੋਨਾ ਆਇਆ ਸੀਗਾ ਉਦੋਂ ਇਹਦਾ ਹਾਲਾਤ ਕੁਛ ਹੋਰ ਸੀਗੇ ਅੱਜ ਕੋਈ ਹੋਰ ਆ ਅੱਜ ਅਸੀਂ ਇਹਦੇ ਨਾਲ ਲੜਨ ਲਈ ਤਿਆਰ ਹਾਂ ਪੂਰੀ ਦੁਨੀਆ ਨੇ ਇਹ ਚੀਜ਼ ਮੰਨ ਲਈ ਹੈ ਅੰਬੈਸੀਆਂ ਵੀ ਖੁੱਲ ਗਈਆਂ ਬੀਜੇਪੀ ਆਉਣੇ ਸ਼ੁਰੂ ਹੋ ਗਏ ਹੁਣ ਜਹਾਜ਼ ਵੀ ਚੱਲ ਪੈਣੇ ਆ ਬਿਲਕੁਲ ਇੱਕ ਅਗਰ ਵਿਦਿਆਰਥੀਆਂ ਦੀ ਨਾ ਕੁਐਰੀਜ਼ ਬੜੀਆਂ ਆ ਰਹੀਆਂ ਨੇ ਕਿ ਅਸੀਂ ਆਪਣਾ ਆਈਲਸ ਕੀਤਾ ਸੀਗਾ ਹਾਂਜੀ ਲੋਕਡਾਊਨ ਕਰਕੇ ਹੁਣ ਕਿਤੇ ਤਾਂ ਸਾਲ ਦਾ ਸਾਡਾ ਪਿਆ ਸੀਗਾ ਪਿਛਲੇ ਮੰਨ ਲਓ 2 ਸਾਲ ਪਹਿਲਾਂ 1.5 ਸਾਲ ਪਹਿਲਾਂ ਕੀਤਾ ਸੀਗਾ ਅਤੇ 7-8 ਮਹੀਨੇ ਤਾਂ ਸਾਡੇ ਸਾਰਾ ਬੰਦ 'ਚ ਨਿਕਲ ਗਏ ਹੁਣ ਉਹ ਲੋਕ ਕੀ ਕਰਨ ਜਿਨ੍ਹਾਂ ਦੇ ਆਈਲਸ ਵਾਲੇ ਜੋ ਸਰਟੀਫਿਕੇਟ ਨੂੰ ਐਕਸਪਾਇਰ ਹੋ ਗਏ ਦੇਖੋ ਅੰਬੈਸੀ ਵੱਲੋਂ ਵੈਬੀਨਾਰ 'ਚ ਬੜਾ ਕਲੀਅਰ ਕੀਤਾ ਗਿਆ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਆਈਲਸ ਦੇ ਸਰਟੀਫਿਕੇਟ ਐਕਸਪਾਇਰ ਹੋ ਗਏ ਜਿਨ੍ਹਾਂ ਦੀ ਆਈਲੈਟ ਖਤਮ ਹੋਣ ਵਾਲੀ ਸੀਗੀ ਜਾਂ ਫਾਈਲ ਲਾਈ ਹੋਈ ਆ ਖਤਮ ਹੋ ਗਈ ਆ ਉਹਨਾਂ ਦੇ ਵੀਜ਼ੇ ਅੰਬੈਸੀ ਵਾਲੇ ਰਿਫਿਊਜ਼ ਨਹੀਂ ਕਰਨਗੇ ਅਫਸਰ ਨੇ ਇੱਥੇ ਤਾਂ ਕਹਿ ਦਿੱਤਾ ਕਿ ਤੁਸੀਂ ਆਪਣਾ ਕੇਸ ਅਪਲਾਈ ਕਰ ਦਿਓ ਅਸੀਂ ਤੁਹਾਨੂੰ EIP ਦੇਵਾਂਗੇ ਉਹਨਾਂ ਨੇ ਗਰੰਟੀ ਵਰਡ ਤੱਕ ਯੂਜ਼ ਕਰ ਲਿਆ ਕਿ ਅਸੀਂ 100% ਗਰੰਟੀ ਦਿੰਦੇ ਹਾਂ ਕਿ ਤੁਹਾਨੂੰ ਵੀਜ਼ਾ ਦੇਵਾਂਗੇ ਜੇ ਤੁਸੀਂ ਸਾਡੀ ਇਲੀਜੀਬਿਲਿਟੀ ਪੂਰੀ ਕਰਦੇ ਹੋ ਔਰ ਇਲੀਜੀਬਿਲਿਟੀ ਕਿਹਨੇ ਪੂਰੀ ਕਰਾਉਣੀ ਹੈ ਕਾਲਜ ਨੇ ਪੂਰੀ ਕਰਾਉਣੀ ਹੈ ਸਧਾਰਨ ਭਾਸ਼ਾ 'ਚ ਸਮਝਾਵਾਂ ਤੁਹਾਨੂੰ ਜੇ ਤੁਹਾਨੂੰ ਕੈਨੇਡਾ ਦੇ ਕਿਸੇ ਚੰਗੇ ਕਾਲਜ ਨੇ ਦਾਖਲਾ ਦੇ ਦਿੱਤਾ ਨਾ ਤੁਹਾਡਾ ਵੀਜ਼ਾ ਲੱਗ ਗਿਆ ਤੁਹਾਡਾ ਵੀਜ਼ਾ ਰਿਫਿਊਜ਼ ਨਹੀਂ ਹੋਣਾ ਜੇ ਕੋਈ ਗਲਤ ਕਾਗਜ਼ ਨਹੀਂ ਲਾਇਆ ਜੇ ਤੁਸੀਂ ਫਾਈਲ 'ਚ ਕੋਈ ਨਕਲੀ ਕਾਗਜ਼ ਲਾਇਆ ਕੋਈ ਇਨਫੋਰਮੇਸ਼ਨ ਮਾੜੀ ਚੰਗੀ ਦਿੱਤੀ ਫਿਰ ਤੁਹਾਡਾ ਵੀਜ਼ਾ ਰਿਫਿਊਜ਼ ਹੋਣਾ ਜੇ 2 ਸਾਲ ਦਾ ਕੋਰਸ ਹੈ ਨਾ ਤਾਂ 2 ਸਾਲ ਦੇ ਫੰਡ ਸ਼ੋਅ ਕਰਨੇ ਪੈਣੇ ਤੁਹਾਨੂੰ ਅਤੇ ਭਲੇਖੇ 'ਚ ਨਾ ਰਿਹਾ ਵੀ 1 ਸਾਲ ਦੀ ਫੀਸ ਤਾਰਤੀ ਜੇ ਇਸ਼ ਤਾਰਤੀ ਦਾ ਵੀਜ਼ਾ ਲੱਗ ਜੂਗਾ ਬੜਾ ਕਲੀਅਰ ਅੰਬੈਸੀ ਨੇ ਕਲੀਅਰ ਕੀਤਾ ਕਿ ਸਾਨੂੰ ਮੋਟੀਵੇਸ਼ਨ ਲੈਟਰ ਚਾਹੀਦੀ ਹੈ ਤੁਸੀਂ ਆਪਦੀ ਫਾਈਲ 'ਚ ਸਾਨੂੰ ਲਿਖ ਕੇ ਦਿਓਗੇ ਤੁਸੀਂ ਆਹ ਕੋਰਸ ਕਿਉਂ ਲਿਆ ਵਾ ਔਰ ਤੁਹਾਡੀ ਅਗਲੇ ਸਾਲ ਦੀ ਪੜ੍ਹਾਈ 'ਤੇ ਪੈਸੇ ਕਿੱਥੋਂ ਆਉਣਗੇ ਤੁਹਾਡੇ ਕੋਲ ਫਾਈਨੈਂਸ਼ੀਅਲ ਪਲਾਨ ਹੋਣਾ ਚਾਹੀਦਾ ਵਾ ਤੁਹਾਨੂੰ ਫਾਈਲ 'ਚ ਫੰਡ ਦੇ ਕਾਗਜ਼ ਲਾਣੇ ਪੈਣੇ ਆ ਜੇ ਤੁਸੀਂ ਵੀਜ਼ਾ ਲੈਣਾ ਨਹੀਂ ਤਾਂ ਇਹ ਨਾ ਹੋਵੇ ਕਿ ਪਹਿਲੀ ਅਪਰੂਵਲ ਆ ਜਾਵੇ ਤਾਂ ਦੂਜੀ ਅਪਰੂਵਲ ਤੁਹਾਡੀ ਕੈਂਸਲ ਹੋ ਜਾਵੇ 2 ਸਟੈਪ ਦੇ ਵਿੱਚ ਵੀਜ਼ਾ ਮਿਲਣਾ ਪਹਿਲਾ ਵੀਜ਼ਾ ਸਾਰਿਆਂ ਨੂੰ ਮਿਲ ਜਾਣਾ ਦੂਜਾ ਵੀਜ਼ਾ ਉਹਨੂੰ ਮਿਲਣਾ ਜਿਹਦੇ ਕਾਗਜ਼ ਸਹੀ ਹੋਣਗੇ ਕੋਈ ਵੀ ਕਾਗਜ਼ ਤੁਸੀਂ ਜਾਲੀ ਲਾਇਆ ਵਾ ਗਲਤ ਲਾਇਆ ਵਾ ਤੁਹਾਡਾ ਦੂਜੇ ਸਟੈਪ ਵਾਲਾ ਵੀਜ਼ਾ ਨਹੀਂ ਲੱਗਣਾ ਪਹਿਲੀ ਅਪਰੂਵਲ ਹਰ ਬੱਚੇ ਨੂੰ ਮਿਲੂਗੀ ਔਰ 15 ਸਤੰਬਰ ਤੱਕ ਦਾ ਟਾਈਮ ਹੈ ਔਰ ਇਹ ਸਾਰਾ ਪ੍ਰੋਸੈਸ ਅੰਬੈਸੀ ਨੇ ਸਤੰਬਰ ਇਨਟੇਕ ਲਈ ਰੱਖਿਆ ਇਹ ਜਨਵਰੀ ਇਨਟੇਕ ਲਈ ਨਹੀਂ ਹੈਗਾ ਬਹੁਤ ਸਾਰੇ ਲੋਕ ਇਹ ਸੋਚਦੇ ਸੀ ਕਿ ਅਸੀਂ ਜਨਵਰੀ 'ਚ ਅਪਲਾਈ ਕਰ ਲਾਂਗੇ ਅਸੀਂ ਆਈਲੈਟ ਕਰਕੇ ਅਪਲਾਈ ਕਰ ਲਾਂਗੇ ਤੁਹਾਡੇ ਘੱਟ ਬੈਂਡ ਨਾ ਅੱਜ ਉਹ ਦਾਖਲਾ ਦੇਣ ਨੂੰ ਤਿਆਰ ਆ ਕਾਲਜਾਂ ਵਾਲੇ ਇਹ ਸਾਰਾ ਕੁਝ ਸਤੰਬਰ ਇਨਟੇਕ ਲਈ ਹੋ ਰਿਹਾ ਤੁਹਾਡੇ ਬੈਂਡ ਘੱਟ ਨੇ ਫਿਰ ਵੀ ਵੀਜ਼ਾ ਲੱਗ ਜੂਗਾ ਨੰਬਰ ਘੱਟ ਨੇ ਫਿਰ ਵੀ ਵੀਜ਼ਾ ਲੱਗ ਜੂਗਾ ਕੋਈ ਜਾਲੀ ਕਾਗਜ਼ ਲਾਇਆ ਫਿਰ ਵੀਜ਼ਾ ਨਹੀਂ ਲੱਗਣਾ ਤੁਹਾਡਾ ਔਰ ਗੈਪ ਕਿੰਨਾ ਕੁ ਐਕਸੈਪਟੇਬਲ ਹੈ ਕਿਉਂਕਿ ਕੈਨੇਡਾ ਸਰਕਾਰ ਤਾਂ 5 ਸਾਲ ਕਹਿੰਦੀ ਹੈ ਦੇਖੋ ਜੀ 5-7 ਸਾਲ ਦਾ ਗੈਪ ਹੈਗਾ ਵੀਜ਼ਾ ਲੱਗ ਜਾਂਦਾ ਜੇ ਬੰਦੇ ਨੇ ਕੁਝ ਕੀਤਾ ਹੋਵੇ ਜੇ ਤੁਸੀਂ ਜਾਲੀ ਕਾਗਜ਼ ਦਿਓਗੇ ਫਿਰ ਵੀਜ਼ਾ ਨਹੀਂ ਲੱਗਣਾ ਓਕੇ ਜੀ ਵਿਨੇ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਨੂੰ ਦੇਣ ਦੇ ਲਈ ਤਾਂ ਵਿਨੇਹਰ ਜੀ ਨਾਲ ਅਸੀਂ ਇਸ ਵਕਤ ਗੱਲਬਾਤ ਕੀਤੀ ਉਹਨਾਂ ਨੇ ਸਾਨੂੰ ਸਾਰਾ ਕੁਝ ਦੱਸਿਆ ਕਿ ਜੋ ਵੈਬੀਨਾਰ ਹੋਇਆ ਕੈਨੇਡਾ ਸਰਕਾਰ ਦਾ ਉਹਨਾਂ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਕੀਤਾ ਗਿਆ ਸੀ ਉਹਨਾਂ ਨੇ ਸਾਫ਼ ਕੀਤਾ ਕਿ ਅਗਰ ਕੋਈ ਵਿਅਕਤੀ ਹੁਣ ਉੱਥੇ ਐਡਮਿਸ਼ਨ ਲੈਂਦਾ ਕੋਈ ਵਿਦਿਆਰਥੀ ਪੜ੍ਹਨ ਜਾਣਾ ਚਾਹੁੰਦਾ ਤਾਂ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੱਫਿਆਂ ਦੇ ਵਿੱਚ ਵੀਜ਼ੇ ਲੱਗ ਸਕਦੇ ਆ ਹੋਰ ਨਵੀਆਂ ਅਤੇ ਤਾਜ਼ੀਆਂ ਖਬਰਾਂ ਲਈ ਤੁਸੀਂ ਦੇਖਦੇ ਰਹੋ ਜਗਬਾਣੀ TV